ਹੋ ਗਏ ਤੈਨੂੰ ਚੰਗੀ ਪੱਲੀ ਤੇ ਤੂੰ ਫਿਰਦੀ ਸੀ ਇਹਨੂੰ ਲੱਤ ਤਰੋਟ ਗਈ ਜੀ ਤੇ ਘਰਤਾ ਦੀ ਲੱਤ ਤਰੋਟ ਗਈ ਏ ਲੱਤ ਟੁੱਟੇ ਤੇਰੀ ਮਰੇ ਤੂੰ ਇਹ ਬੇਗਰਤ ਰਾਨ ਮਰੀਦ ਬੇਗਰਤਾ ਆ ਤੇ ਸਾਡੀ ਪੂਰੀ ਨਸਲ ਜੀ ਅਜੇ ਕੰਮ ਕਾਇਰ ਕੀਤਾ ਤੇ ਬੇਗਰਤ ਤੋਂ ਸ਼ੁਰੂ ਕੀਤੀ ਬੈਠਾ ਲਾਸੀਆ ਇਹ ਵੀ ਕਿਸੇ ਕਿਸੇ ਦੇ ਨਸੀਬ ਵਿੱਚ ਹੁੰਦਾ ਨਾ ਨਸੀਬ ਵਿੱਚ ਹੁੰਦਾ ਆ ਤੇ ਤੱਲੇ ਮੂੰਹ ਕਰਵਾਏ ਪਈ ਵੇਖ ਮਿਥਣੀ ਪਈ ਵੇਖ ਸਿਰ ਗੁਰ ਗਈ ਤਕਲੀਫ ਹੈ अपना मोटरसाइकिल चाहिदा सी मोटरसाइकिल क्यों खा रहे यार जाना थोड़ी जी ਤਿਆਰੀ ਸਾਰੀ ਕੀਤੀ ਸ਼ਾਦੀ ਹੈ ਯਾਰ ਮੈਂ ਗੜੇ ਤੇ ਲਾ ਮੋਟਰਸਾਈਕਲ 125 ਲੈ ਕੇ ਬੈਠਾ ਜਿਹੜਾ ਫਜਦਾ ਤੇ ਸ਼ਾਦੀ ਹੈ ਸ਼ਾਦੀ ਤੁਹਾਡੀ ਸਾਡੀ ਹੈ ਭਾਈ ਜਾਨ ਦੇ ਲੈ ਕੇ ਆ ਜਾਣਾ ਹੁਣੇ ਯਾਰ ਭਾਈ ਨਾ ਨਹੀਂ ਵੇਲਾ ਮਸ਼ੀਨ ਹੀ ਨਹੀਂ ਕਹਿੰਦੀ ਮੈਂ ਵਜਾ ਖਲਵਾ ਨਾ ਉਹ ਚਲ ਉਹ ਮੋਟਰਸਾਈਕਲ ਦੇ ਦੇ ਚਲੋ ਕਿਉਂ ਦੇ ਦੇ ਵੀਏ ਤੇਰਾ ਹਿੱਸਾ ਹੈ ਯਾਰ ਕਿਸੇ ਨੇ ਬੰਦਾ ਕਿਵੇਂ ਬੈਠਾ ਹੁੰਦਾ ਯਾਰ ਘਰ ਜਾਣੀ ਚੀਜ਼ ਕਿਵੇਂ ਤੂੰ ਇੱਥੇ ਟੱਟੀ ਕਰੀ ਜਾਂਦਾ ਨਾ ਘਰ ਜਾਣੀ ਆਪਣੇ ਕੰਮ ਕਰ ਕਿਵੇਂ ਬੈਠਾ ਹੁੰਦਾ ਹਾਂ ਉਹ ਸਾਡੀ ਲੇਡੀ ਗਵਾਂਢੀਆਂ ਨਾ ਤੇਰਾ ਕੀ ਹੋਇਆ ਉਹ ਗਵਾਂਢ ਸਾਡੇ ਕੱਲ ਤੁਹਾਡੇ ਘਰ ਕਦੀ ਗਿਆ ਅਗਲਾ ਦੇ ਮੈਂ ਮਾਚਸ ਲੈਣ ਕੇ ਤੇਰੀ ਸਮਾਨੀ ਉਹ ਮੇਰੇ ਨਾਲ ਕਾਰ ਕੀਤੀ ਜਿਹੜੀ ਨਾ ਕਰਦੀ ਹੋਵੇ ਨਹੀਂ ਲੈ ਸਕਦੇ ਤੂੰ ਮੂੰਹ ਚੱਕ ਕੇ ਨਾ ਗਿਆ ਕਰ ਤੇ ਤੂੰ ਸਿਰ ਨੰਗਾ ਲੈ ਕੇ ਸਾਡੇ ਘਰ ਆਵੇਂ ਨਾ ਮੈਂ ਮੂੰਹ ਚੱਕ ਕੇ ਨਾ ਜਾ ਸਕਦਾ ਤਮਾਸ਼ਾ ਕੀਤਾ ਤੂੰ ਮੂੰਹ ਜੇਬ ਵਿੱਚ ਪਾ ਕੇ ਗਿਆ ਕਰ ਵਾ ਬਈ ਵਾ ਆ ਕੰਮ ਕਰ ਜਾ ਹੋਰ ਐਡਾ ਵੱਡਾ ਮੂੰਹ ਹੋਏਗਾ ਤੇ ਯਾਰ ਵਾਂਗੇ ਆਪਣਾ ਕੰਮ ਕਰ ਮੋਟਰਸਾਈਕਲ ਵੇਖ ਬੇਖੈਰਤ ਉਹ ਮੇਰੇ ਨਾਲ ਲੜਦਾ ਖਲਾ ਬੇਖੈਰਤ ਬੈਠੇ ਹੋ ਤਾਂ ਸਿਰ ਗੁੱਟੇ ਉਹਨੇ ਸਿਰ ਹੀ ਦਾਦ ਦੇ ਤੂੰ ਬੋਲੀ ਜਾ ਮੱਥਾ ਬੋਲ ਲਾ ਤੇ ਸਿਰ ਦੇ ਦਰਦ ਉਹ ਭਾਈ ਹੌਲੀ ਬੋਲ ਲਾ ਤੇ ਸਿਰ ਦੇ ਦਰਦ ਸਿਰੇ ਦਰਦ ਯਾਰ ਇਹਨੂੰ ਤੇਰਾ ਅਹਿਸਾਸ ਹੀ ਨਹੀਂ ਬਾਜੀ ਉਹ ਗੱਲ ਠੀਕ ਹੈ ਲੇਕਿਨ ਤੁਸੀਂ ਸਮਝਾਓ ਨਾ ਸਮਝਾਓ ਨਾ ਯਾਰ ਤੂੰ ਆਂ ਆਪਣਾ ਕੰਮ ਕਰ ਅੱਛਾ ਜਾਂਦਾ ਪਿਆ ਹੁਣ ਚੇਤਾ ਰੱਖੀ ਰੱਖੀ ਖਲਾ ਚੇਤਾ ਚੇਤਾ ਰੱਖੀ ਇਹ ਤੇਰੇ ਜਨਾਜ਼ੇ ਨਾਲ ਕਿਸੇ ਨਹੀਂ ਆਉਣਾ ਉਹ ਵਾਂਗੇ ਜਿਹੜਾ ਤੁਸੀਂ ਜਨਾਜ਼ੇ ਨਾਲ ਰਲਦੇ ਖਲੇ ਪਿਆ ਤੇ ਫੱਤ ਤੇ ਕਦੇ ਜਾਇਆ ਇਹ ਮੰਜੀ ਦਿਹਾੜੀ ਤੇ ਬੰਦੇ ਚੱਕਣਗੇ ਤੇ ਫੱਤ ਤੇ ਆਇਆ ਕਦੀ ਭਰਾ ਬੈਠਾ ਤੇਰਾ ਤੂੰ ਮਰਤੇ ਤੇ ਵੇਖ ਮੈਂ ਮਾਂ ਤੇਰੀ ਕਹਾਂ ਤੇ ਮੁਕਾਨ ਤੇ ਨਵੇਂ ਦੀ ਤੂੰ ਸਕਾ ਤੇ ਜਨਾਜ਼ੇ ਨਹੀਂ ਰਲਦੇ ਮੇਰੇ ਤੂੰ ਸਕੀ ਤੂੰ ਰਲਣਾ ਆ ਯਾਰ ਤੈਨੂੰ ਕੀ ਹੈ ਇਹਨੂੰ ਹੈ ਕੀ ਇਹਨੂੰ ਕਈ ਬਿਮਾਰੀ ਇਹਨੂੰ ਕਈ ਥੱਕੀ ਪਈ ਹੈ ਉਹ ਇਸਕੇ ਧਮੀ ਨਾਲ ਉੱਠ ਕੇ ਕੰਮ ਕੀਤਾ ਨਾ ਚੁੱਪ ਕਰਨ ਮੈਡਮ ਦੇ ਸਿਰ ਹੀ ਪੀੜ ਹੁੰਦੀ ਪਈ ਚੁੱਪ ਕਰਨ ਫੁੱਲਾ ਵਰਗੀ ਬੇਗਮ ਫੁੱਲਾ ਵਰਗੀ ਸਾਨੂੰ ਤਾਂ ਕਾਰ ਛੋੜੇ ਨਾ ਕੰਡਿਆ ਵਰਗੇ ਫਿਰਾ ਕੁੱਤਾ ਜਿਹਾ ਭਰਾ ਉੱਤੇ ਖਲੋ ਕੇ ਕੁੱਤਾ ਜਿਹਾ ਮੇਰਾ ਅਲਾਂਤਿਆ ਅਲਾਂਤਿਆ ਅੱਠ ਡੁਆ ਪਤਾ ਕਦਨ ਸਿਆਣਾ ਉਸੇ ਕਹਿੰਦਾ ਸੀ ਅੱਬੂ ਨੂੰ ਵੱਖਰਾ ਕਰ ਦੇ ਅੱਬੂ ਨੂੰ ਵੱਖਰਾ ਕਰ ਦੇ ਤੇਰਾ ਆਮਦਨ ਸਾਲਾ ਜੇ ਸਾਹਰੇ ਆਮਦਨ ਤੇਰੇ ਸਾਹਰੇ ਉਹਨਾਂ ਨੇ ਗੱਲ ਕਰੇ ਨਾ ਮਰਾਣੀ ਇੰਜ ਜਿਵੇਂ ਸੁੱਤੀ ਚਾਹ ਦੀ ਨੇ ਸੁੱਤੀ ਇਥੇ ਪਈ ਕੰਮ ਧੰਦਾ ਕਰਨਾ ਨਹੀਂ ਸਾਨੂੰ ਜਨਾਬ ਇੱਥੇ ਵੇਦਾ ਵੇਖ ਜੀ ਕੁੱਤਾ ਭਰਾਣਾ ਵੇਖ ਲੈ ਇਹ ਨਹੀਂ ਗੱਡੀ ਚਲਾਣੀ ਉੱਥੇ ਗੱਡੀ ਚਲਾਣੀ ਗੱਡੀ ਚਲਾਉਣੀ ਕੰਜਾ ਟਬਰ ਨਾਲ ਰਿਸ਼ਤਾਕਾਰ ਬੈਠੇ ਦਾ ਕੰਮ ਹੀ ਉਹ ਕਰਦਾ ਹੁੰਦੇ ਲਾਲਾ ਤਾਂ ਤੁਹਾਡੀ ਜ਼ਿੰਦਗੀ ਤੇ ਮੇਰੀ ਥੀ ਬਿਮਾਰ ਹੈ ਪਰ ਤੂੰ ਬਹੁਤ ਵੱਡੀ ਵੰਦ ਆਪਾਂ ਤਾਂ ਕੁੱਤੇ ਨਾਲ ਪੈ ਖਲੋਤੇ ਹੋ ਤੈਨੂੰ ਕਹਾਂ ਦੱਸੇ ਬਿਮਾਰ ਹੈ ਇਹ ਕਿਹੜੀ ਬਿਮਾਰੀ ਹੈ ਬਈ ਮੈਂ ਉਹਦਾ ਸਿਰ ਦਬਾ ਰਿਹਾ ਉਹਨੂੰ ਕੋਈ ਪੁੱਛੋ ਤੁਸੀਂ ਤੇਰੇ ਤਾਂ ਹਯਾ ਹੈ ਕੋ ਨਾ ਤੂੰ ਤਾਂ ਹੈ ਬੇਹਯਾ ਆਪਕਾ ਉਹ ਕਿਉਂ ਕੋ ਮੇਰੇ ਨਾਲ ਪੰਨੀ ਹੋਈ ਮੈਂ ਤਾਂ ਇਲਾਜ ਕਰਾਂ ਮੈਂ ਤੇਰੇ ਨਾਲ ਪੰਨੀ ਇੰਨਾ ਵੇ ਨਹੀਂ ਜੇ ਦਿੱਤੀ ਉਹਦੇ ਨਾਲ ਗੱਲ ਕਰ ਉਹਦੇ ਨਾਲ ਗੱਲ ਕਰ ਮੇਰੇ ਨਾਲ ਭੌਕਣ ਦੀ ਲੋੜ ਕਾਹ ਨਹੀਂ ਉਹ ਦਿੱਤੀ ਹੋਈ ਥੀ ਨਹੀਂ ਤਾਂ ਵਜੇ ਛੋਟੇ ਦੀ ਤਮੀਜ਼ ਦੇ ਕੋ ਨਾ ਤੂੰ ਤਾਂ ਹੈ ਪਟੇ ਮੈਂ ਉਸਲੇ ਮੈਂ ਤਾਂ ਨਹੀਂ ਰਹਿ ਮੈਨੂੰ ਤੇ ਦਿਓ ਮੈਂ ਤੇ ਦਿਓ ਹਾਂ ਤਬੀਅਤ ਤੇਰੀ ਨਜ਼ਰ ਆਉਂਦੀ ਪਈ ਤੂੰ ਤੇਰਾ ਸੋਹਣਾ ਨੇ ਮੂੰਹ ਹੈ ਹਾਂ ਸੋਹਣਾ ਨੇ ਮੂੰਹ ਤੇ ਭੌਕ ਬੰਦ ਕਰ ਇਹਨੂੰ ਲੈ ਚਲੋ ਡਾਕਟਰ ਤੇ ਚੁੱਪ ਕਰ ਵਨੋ ਮੈਂ ਠੀਕ ਥੀ ਮੈਂ ਦੇ ਬਦਲੇ ਜੂ ਜ਼ਿਆਦਾ ਬਿਮਾਰ ਸੀ ਡਾਕਟਰ ਕੋਲ ਹੁਣ ਲੈ ਵਨੇ ਪਿਓ ਤੁਹਾਡਾ ਕੋ ਮਰ ਗਿਆ ਚਾਹ ਤਾਂ ਲੈ ਜਾ ਮੈਂ ਲੈ ਵੈਸੇ ਮੈਂ ਕੋ ਮਰ ਨਹੀਂ ਗਿਆ ਜਿੰਦਾ ਵਨਾ ਮੈਂ ਤੇ ਮੈਂ ਦੀ ਤੂੰ ਥਾਇ ਬੈ ਤੇਰੀ ਕੋਈ ਲੋੜ ਨਹੀਂ नुकसान तेरा साडा रोला बाण वैसी क्योंकि साडे हुण घर लगी आ समीर ਇਹਨੂੰ ਥਾਈ ਬਾਹਾਂ ਚੰਗਾ ਰਸ ਹੈ ਆ ਸੁਮੀਰ ਕੈਸਾ ਦੀ ਲੱਗੇ ਪੇ ਬਿਮਾਰ ਪਈ ਤੇ ਤੂੰ ਆਪ ਤੇ ਕੁੱਤਿਆਂ ਨੇ ਇੱਕ ਨਹੀਂ ਛੰਡੀ ਦੇ ਰ ਕੋਈ ਨਹੀਂ ਦੇ ਉਹ ਜੀ ਤੋਂ ਹੈ ਕਾਈ ਨਾ ਵਾ ਭਾਈ ਨਾ ਜੀ ਮੈਂ ਆਪ ਤੇਰਾ ਲਾਕ ਕਰ ਲਾ ਨਾ ਇਹ ਕਿਹਦੇ ਲੈ ਕੇ ਵੰਨੇ ਚਾਚਾ ਇੱਕ ਮਿੰਟ ਸਬਰ ਤੇ ਕਰ ਓਏ ਤਮੀਜ਼ ਨਾਲ ਗੱਲ ਕਰ ਚਾਚਾ ਇੱਕ ਕਰੀ ਸਬਰ ਤੇ ਕਰ ਤਬੀਅਤ ਉਹਦੀ ਜ਼ਿਆਦਾ ਖਰਾਬ ਹੋ ਰਹੀ ਤੂੰ ਸਾਡਾ ਚੰਗਾ ਕੰਮ ਕੀਤੀ ਖਲੋਤੇ ਹੋ ਕਹਿ ਕੀਤੀ ਖਲੋਤੇ ਹੋ ਜੇ ਮਸਲਾ ਖਰਾਬ ਹੋ ਜਾਣਾ ਕਹਿ ਉਹਨੂੰ ਕੀਤਾ ਮੈਂ ਕਿਸੇ ਛੱਡਣਾ ਕੋਈ ਨਹੀਂ ਕੀ ਰੋਲ ਓਏ
पागल ने यार बच्ची की तबीयत खराब है दवाई थबे दवाइया अंदर है शादी इना मां प्यो सुका सुका के मार छड़िया सुका कपड़े सी हालात वेख होने की हालात है।